ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਐ ਸਰੀਰ ਨੂੰ ਹੋਰ ਖਰਾਬ ਕਰ ਰਹੇ ਐ ਠੀਕ ਹੀ ਨਹੀਂ ਹੋ ਰਹੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਬਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਕੁਸਤਿਆਂ ਦੇ ਨਾਲ ਪਸਮਾ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆਂ ਇਹ ਡਸਕਾ ਪਿੰਡ ਐ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਐ ਤਹਿਸੀਲ ਐ ਜਿਹੜੀ ਉਹ ਲਹਿਰਾ ਕਗਾ ਐ ਨੇੜੇ ਸ਼ਹਿਰ ਬੁਡਲਾਡਾ ਵੀ ਐ ਨੇੜੇ ਸ਼ਹਿਰ ਬਰੇਟਾ ਵੀ ਐ ਨੇੜੇ ਸ਼ਹਿਰ ਸੁਨਾਮ ਵੀ ਐ ਤੇ ਨੇੜੇ ਸ਼ਹਿਰ ਲਹਿਰਾ ਕਾਕਾ ਵੀ ਐ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਏ ਆ ਉਹ ਹੈ ਬਾਝਪਨ ਇਸਤਰੀਆਂ ਦੇ ਵਿੱਚ ਬਾਝਪਨ ਕਈ ਕਾਰਨ ਹੁੰਦੇ ਆ ਕਈ ਵਾਰੀ ਬਚਪਨ ਦੇ ਵਿੱਚ ਕੁਝ ਐਸੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਕਈ ਵਾਰੀ ऐसे ਫਰਟ ਪੈ ਜਾਂਦੇ ਆ ਜਿਹਦੇ ਕਾਰਨ ਔਰਤ ਮਾਂ ਬਣਨ ਤੋਂ ਬਾਝ ਰਹਿ ਜਾਂਦੀ ਹੈ ਉਹਨੂੰ ਅਸੀਂ ਕਹਿੰਨੇ ਆ ਬਾਝਪਨ ਬੱਚਾ ਨਾ ਹੋਣਾ ਕੁਝ ਪ੍ਰੋਬਲਮਾਂ ਜਵਾਨੀ ਚ ਆ ਜਾਂਦੀਆਂ ਨੇ ਟਿਊਬਾਂ ਬਲੌਕ ਹੋ ਜਾਂਦੀਆਂ ਨੇ ਅੰਡੇ ਦਾ ਆਕਾਰ ਹੈ ਜਿਹੜਾ ਉਹ ਸਹੀ ਨਹੀਂ ਬਣਦਾ ਬੱਚੇ ਦਾ ਨਿਚਰ ਸੌਲੀਆਂ ਹੋ ਜਾਂਦੀਆਂ ਨੇ ਮੈਨਸ ਪੀਰੀਅਡ ਬੰਦ ਹੋ ਜਾਂਦੇ ਆ ਜਾਂ ਵੱਧ ਘਟ ਜਾਂਦੇ ਆ ਖੂਨ ਜਿਆਦਾ ਪੈਣ ਲੱਗ ਜਾਂਦਾ ਜਾਂ ਬਹੁਤ ਘੱਟ ਸਫਾਈ ਹੁੰਦੀ ਹੈ ਇਹ ਕਈ ਪ੍ਰੋਬਲਮਾਂ ਨੇ ਬੱਚਾ ਨਾ ਹੋਣ ਦੀਆਂ ਮਰਦ ਦੇ ਵਿੱਚ ਵੀ ਕਮੀ ਆ ਜਾਵੇ ਸ਼ਕਰਾਣੂ ਡੈੱਡ ਹੋ ਜਾਣ ਜਾਂ ਘੱਟ ਹੋਣ ਵੀਰਜ ਪਤਲਾ ਹੋ ਜਾਂਦਾ ਹੈ ਜਿਆਦਾ ਉਹਦੇ ਕਾਰਨ ਵੀ ਮਾਂ ਔਰਤ ਨਹੀਂ ਬਣ ਸਕਦੀ ਕਈ ਕਾਰਨ ਨੇ ਉਹਨਾਂ ਵਾਸਤੇ ਤੁਸੀਂ ਮੈਨੂੰ ਹਰ ਐਤਵਾਰ ਨੂੰ ਪਤੀ ਪਤਨੀ ਦੋਨੋਂ ਮਿਲ ਲਓ ਇੱਕ ਕੋਰਸ ਹੁੰਦਾ 3 ਮਹੀਨਿਆਂ ਦਾ ਜਿਨ੍ਹਾਂ ਨੂੰ ਜਿਆਦਾ ਟਾਈਮ ਹੋ ਗਿਆ ਵੀ 25 ਸਾਲ ਹੋ ਗਏ ਉਹਨਾਂ ਨੂੰ ਦੋ ਕੋਰਸ ਕਰਨੇ ਜਾਂ ਪੈ ਸਕਦੇ ਆ ਬਲਕਿ 6 ਕੁ ਮਹੀਨੇ ਦਵਾਈ ਖਾਣੀ ਪੈ ਸਕਦੀ ਹੈ ਗਰੰਟੀ ਨਾਲ ਦਾਵੇ ਨਾਲ ਮੈਂ ਗੱਲ ਕਹਿਣਾ ਸਟੈਂਪ ਪੇਪਰ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ ਮੈਂ 6 ਮਹੀਨਿਆਂ ਤੋਂ ਬਾਅਦ ਜਿੰਨ ਚਾਏ ਕਿਸੇ ਦੇ 20 ਸਾਲ ਪੁਰਾਣਾ ਬੱਚਾ ਨਹੀਂ ਹੋ ਰਿਹਾ 15 ਸਾਲ ਵਿਆਹ ਨੂੰ ਹੋ ਗਏ ਉਹਨਾਂ ਦਾ ਗਰੰਟੀ ਦੇ ਨਾਲ ਉਹਨਾਂ ਦੀ ਗੋਦੀ 'ਚ ਬੱਚਾ ਪਰਮਾਤਮਾ ਕੰਨਿਓ ਤੇ ਸਹੀ ਜੜੀ ਬੂਟੀਆਂ ਦੇ ਨਾਲ ਹੋ ਜਾਏਗਾ ਦੋਨਾਂ 'ਚ ਜਿਹੜੀਆਂ ਕਮੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ ਸੋ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜੀ ਲੇਟਜ ਦੇ ਵਿੱਚ ਕਮੀਆਂ ਹੁੰਦੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਤੁਸੀਂ ਘਰੇ ਵੀ ਦਵਾਈ ਤਿਆਰ ਕਰ ਸਕਦੇ ਹੋ ਮਰਦ ਦੇ ਵਿੱਚ ਕੋਈ ਕਮੀਆਂ ਨੇ ਉਹਨਾਂ ਨੂੰ ਵੀ ਪੂਰਾ ਕਰਨ ਵਾਸਤੇ ਤੁਸੀਂ ਘਰੇ ਦਵਾਈ ਤਿਆਰ ਕਰ ਸਕਦੇ ਇਹ ਦੋਨੋਂ ਨੁਕਤੇ ਮੈਂ ਤੁਹਾਡੀ ਝੋਲੀ ਦੇ ਵਿੱਚ ਵੈਸੇ ਮਰਦ ਵਾਸਤੇ ਤਾਂ ਆਪਾਂ ਪਹਿਲਾਂ ਪਾਏ ਹੋਏ ਐ ਜਿਹੜਾ ਆਪਾਂ ਮਹਾਰਾਜਿਆਂ ਵਾਲਾ ਰਾਜੇ ਮਹਾਰਾਜਿਆਂ ਵਾਲਾ ਨੁਕਸਾ ਪਸਮਾ ਵਾਲਾ ਦੱਸਿਆ ਹੋਇਆ ਉਹ ਘਰੇ ਬਣਾ ਕੇ ਮਰਦ 3 ਮਹੀਨੇ ਖਾਲੇ ਉਦੇ ਸ਼ਕਰਾਣੂ ਪੂਰੇ ਹੋ ਜਾਣਗੇ ਢਿੱਲਾਪਨ ਬਿਲਕੁਲ ਠੀਕ ਹੋ ਜਾਏਗਾ ਵੀਰਜ ਕਾੜਾ ਹੋ ਜਾਏਗਾ ਬੱਚਾ ਪੈਦਾ ਕਰਨ ਵਾਸਤੇ 100% ਸਹੀ ਹੋ ਜਾਏਗਾ ਔਰਤ ਵਾਸਤੇ ਮੈਂ ਜਿਹੜੀ ਦਵਾਈ ਦੱਸਣ ਲੱਗਿਆ ਇਹ ਨੋਟ ਕਰ ਲੋ ਦੋਨੋਂ ਜਣੇ ਤਿੰਨ ਤਿੰਨ ਮਹੀਨੇ ਇਹ ਦਵਾਈ ਖਾ ਲੈਣ ਜੇ ਤਾਂ ਕੋਈ 10 ਸਾਲ ਤੋਂ ਹੀ ਦਿੱਕਤ ਹੈ ਉਹਨਾਂ ਵਾਸਤੇ ਤਾਂ ਇਹੀ ਅੰਮ੍ਰਿਤ ਤਿੰਨ ਮਹੀਨਿਆਂ ਚ ਓਕੇ ਹੋ ਜਾਏਗਾ ਜੇ ਕਿਸੇ ਨੂੰ 15 ਸਾਲ 20 ਸਾਲ 25 ਸਾਲ ਹੋ ਗਏ ਨੇ ਵਿਆਹ ਹੋਏ ਨੂੰ ਬੱਚਾ ਨਹੀਂ ਹੋ ਰਿਹਾ ਉਹਨਾਂ ਨੂੰ 6 ਮਹੀਨੇ ਇਹ ਨੁਕਤਾ ਖਾਣਾ ਪੈ ਸਕਦਾ ਬਸ ਇਦੋਂ ਬਾਅਦ ਨੇ ਤਾਂ ਉਹ ਲੇਡੀਜ਼ ਵਾਸਤੇ ਜਿਹੜਾ ਨੁਕਤਾ ਹੈ ਉਹ ਨੋਟ ਕਰ ਲਓ ਇਹਦੇ ਵਿੱਚ ਤੁਸੀਂ ਸਮੁੰਦਰ ਫਲ ਲੈਣਾ ਹੈ 50 ਗ੍ਰਾਮ ਕਾਓ ਫਲ ਲੈਣਾ ਹੈ 50 ਗ੍ਰਾਮ ਟਿੱਪਲ ਦੀ ਦਾੜੀ ਇਹ ਲੈਣੀ ਹੈ 50 ਗ੍ਰਾਮ ਨਾਰੀਅਲ ਦੇ ਬੀਜ ਲੈਣੇ ਹਨ 10 ਗ੍ਰਾਮ ਜਿਹੜੇ ਆਪਾਂ ਹਰੇ ਨਾਰੀਅਲ ਹੁੰਦੇ ਆ ਪਾਣੀ ਵਾਲੇ ਉਹਦੇ ਵਿੱਚੋਂ ਵੀ ਬੀਜ ਨਿਕਲ ਜਾਂਦਾ ਗੁੱਲਰ ਦੇ ਫੁੱਲ ਲੈਣੇ ਹਨ 50 ਗ੍ਰਾਮ ਤੇ ਬੋਹੜ ਦੀ ਦਾੜੀ ਲੈਣੀ ਹੈ 50 ਗ੍ਰਾਮ ਤੁਲਸੀ ਦੇ ਬੀਜ ਲੈਣੇ ਆ 50 ਗ੍ਰਾਮ ਕਮਲ ਡੋਡੇ 50 ਗ੍ਰਾਮ ਸੋਨਾ ਭਸਮ 1 ਗ੍ਰਾਮ ਲੋਹ ਭਸਮ 1 ਗ੍ਰਾਮ ਤਾਂਬਾ ਭਸਮ 1 ਗ੍ਰਾਮ ਗਲੋਏ ਦਾ ਸਤ 10 ਗ੍ਰਾਮ ਚਾਂਦੀ ਭਸਮ 1 ਗ੍ਰਾਮ ਮੋਤੀ ਭਸਮ ਜਿਹੜੀ ਹੈ 10 ਗ੍ਰਾਮ ਨਾਗ ਕੇਸਰ 10 ਗ੍ਰਾਮ ਕੇਸਰ 1 ਗ੍ਰਾਮ ਨਾਗ ਭਸਮ 10 ਗ੍ਰਾਮ ਸਿਰੰਗ ਭਸਮ ਜਿਹੜੀ ਉਹ 10 ਗ੍ਰਾਮ ਪੁੱਤਰ ਜੀਵਕਾ ਬੀਜ 100 ਗ੍ਰਾਮ ਤੇ ਸ਼ਿਵਲਿੰਗ ਬੀਜ 100 ਗ੍ਰਾਮ ਇਸ ਸਾਰੀਆਂ ਚੀਜ਼ਾਂ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਲੈਣੀਆਂ ਨੇ ਇੱਕ ਚਮਚ ਦਵਾਈ ਇੱਕ ਗਲਾਸ ਗਾਂ ਦੇ ਦੁੱਧ ਨਾਲ ਸਵੇਰੇ ਖਾਲੀ ਪੇਟ ਇਸਤਰੀ ਲਵੇ ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਸਵੇਰੇ ਖਾਲੀ ਪੇਟ ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਜਿਹੜੀ ਇਸਤਰੀ ਦੇ ਬੱਚੇ ਨੂੰ 20 ਸਾਲ ਹੋ ਗਏ ਨੇ ਬੱਚਾ ਨਹੀਂ ਹੋ ਰਿਹਾ ਮੈਂ ਗਰੰਟੀ ਨਾਲ ਦਾਅਵੇ ਨਾਲ ਸਟੈਂਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਤੁਸੀਂ ਇਸ ਨੁਕਤੇ ਨੂੰ 3 ਮਹੀਨੇ ਵਰਤ ਲਓ ਜਿਨ੍ਹਾਂ ਦੇ 10 ਸਾਲ ਤੋਂ ਥੱਲੇ ਹੋ ਗਿਆ ਟਾਈਮ ਬੱਚਾ ਨਹੀਂ ਹੋਇਆ ਉਹ 3 ਮਹੀਨਿਆਂ ਦੇ ਵਿੱਚ ਪਰਮਾਤਮਾ ਉਹਨਾਂ ਦੀ ਗੋਦੀ 'ਚ ਬੱਚਾ ਖੇਡਣ ਲਾ ਦੇਗਾ। ਬੱਚਾ ਹੋ ਜਾਏਗਾ ਉਹਨਾਂ ਦੇ 3 ਮਹੀਨੇ ਦਵਾਈ ਖਾ ਕੇ ਉਸ ਤੋਂ ਬਾਅਦ ਇੱਕ ਵਾਰੀ ਖਾਣ ਦੀ ਲੋੜ ਪੈਂਦੀ ਹੈ ਤੇ ਜਿਨ੍ਹਾਂ ਨੂੰ ਕਾਫੀ ਸਮਾਂ 15 ਸਾਲ, 20 ਸਾਲ, 25 ਸਾਲ ਹੋ ਗਏ ਨੇ ਉਹ 6 ਮਹੀਨੇ ਇਸ ਦਵਾਈ ਨੂੰ ਵਰਤ ਲੈਣ ਮਾਲਕ ਦੀ ਕਿਰਪਾ ਨਾਲ ਸਾਲ ਦੇ ਵਿੱਚ ਉਹਨਾਂ ਦੇ ਘਰੇ ਬੱਚਾ ਖੇਡਣ ਲੱਗ ਪਿਆ। ਇਹ ਨੁਕਤਾ ਸਟਾਮ ਤੇ ਪ੍ਰਤੇ ਗਰੰਟੀ ਲਿਖ ਕੇ ਦੇਣ ਨੂੰ ਮੈਂ ਤਿਆਰ ਆ ਪਰ ਹਾਂ ਦੋਨਾਂ ਦੇ ਵਿੱਚ ਕੁਛ ਨਾ ਕੁਛ ਕਮੀਆਂ ਹੁੰਦੀਆਂ ਨੇ ਦੋਨਾਂ ਨੂੰ ਪਤੀ ਪਤਨੀ ਦੋਨਾਂ ਜਣਿਆਂ ਨੂੰ ਦਵਾਈ ਖਾਣੀ ਪਵੇਗੀ ਮਰਦ ਵਾਸਤੇ ਆਪਾਂ ਪਹਿਲਾ ਮਹਾਵਾ ਰਾਜਿਆਂ ਵਾਲਾ ਭਸਮਾ ਵਾਲਾ ਨੁਕਤਾ ਪਾਇਆ ਹੋਇਆ ਹੈ ਲੇਡੀਜ਼ ਵਾਲੇ ਵਾਸਤੇ ਮੈਂ ਦੱਸਦਾ ਦੋਨਾਂ ਜਣਿਆਂ ਨੂੰ ਇਹ ਦਵਾਈ ਖਾਣੀ ਪਊਗੀ ਗਾਂ ਦੇ ਦੁੱਧ ਨਾਲ ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ ਤੁਸੀਂ ਮੈਨੂੰ ਮਿਲ ਕੇ ਦੋਨੋਂ ਜਣੇ ਪਤੀ ਪਤਨੀ 9 ਵਜੇ ਦਿਖਾ ਕੇ ਗਰੰਟੀ ਦੇ ਨਾਲ ਦਵਾਈ ਖਾ ਸਕਦੇ ਹੋ ਗਰੰਟੀ ਦੇ ਨਾਲ ਤੁਹਾਡੀ ਗੋਦੀ ਦੇ ਵਿੱਚ ਸਾਲ ਦੇ ਵਿੱਚ ਬੱਚਾ ਆ ਸੀ ਖੇਡਣ ਲੱਗ ਪਿਆ ਸੋ ਆਪ ਵਰਤੋਂ ਜੇ ਕੋਈ ਇਸ ਚੀਜ਼ ਤੋਂ ਦਿੱਕਤ ਹੈ ਹੋਰਾਂ ਨੂੰ ਅੱਗੇ ਦੱਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਨਵੇਂ-ਨਵੇਂ ਨੁਕਤੇ ਤੁਹਾਡੀ ਝੋਲੀ 'ਚ ਪਾਉਂਦੇ ਆ ਮਹਾਪੁਰਸ਼ਾਂ ਦੇ ਦੱਸੇ ਹੋਏ ਉਹ ਤੁਹਾਡੀ ਝੋਲੀ ਦੇ ਵਿੱਚ ਪੈਂਦੇ ਰਹਿਣ ਸੋ ਮੈਂ ਦਾਅਵੇ ਨਾਲ ਸਟਾਮ ਤੇ ਲਿਖ ਕੇ ਦਿਨ ਨੂੰ ਤਿਆਰ ਆ ਜਿੱਡਾ ਮਰਜੀ ਪੁਰਾਣਾ ਰੋਗ ਐ ਬਾਝਪਨ ਦਾ ਬੱਚਾ ਨਹੀਂ ਹੋ ਰਿਹਾ ਉਹ ਦੋਨੋਂ ਜਣੇ ਪਤੀ ਪਤਨੀ ਸਾਨੂੰ ਇੱਕ ਵਾਰੀ ਮਿਲ ਲੈਣਾ ਕਿ ਦਸ ਕੇ ਪਿੰਡ ਚ 6 ਮਹੀਨਿਆਂ ਦੇ ਵਿੱਚ ਉਹਨਾਂ ਦੀ ਗੋਦੀ ਚ ਬੱਚਾ ਖੇਡਣ ਲਾ ਦੇ ਕਿਉਂਕਿ ਬਹੁਤ ਵੱਡਾ ਰੋਗ ਐ ਸਾਡੇ ਸਮਾਜ ਚ ਔਰਤ ਨੂੰ ਬਹੁਤ ਭੈੜੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਉਹਦਾ ਬਹੁਤ ਸਤਕਾਰ ਵਜੋਂ ਡਿੱਗ ਜਾਂਦਾ ਅੱਖਾਂ ਦੇ ਵਿੱਚੋਂ ਪਰਿਵਾਰ ਦੇੋਂ ਕਿਉਂਕਿ ਬੱਚਾ ਨਹੀਂ ਦੇ ਸਕਦੀ ਪਰ ਕਈ ਵਾਰੀ ਦੋਨਾਂ ਚੀ ਗਲਤੀਆਂ ਹੁੰਦੀਆਂ ਸੋ ਲੇਡੀਆਂ ਨੂੰ ਬਹੁਤ ਫਿਰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਮੈਂ ਚਾਹੁੰਦਾ ਸਾਡੀਆਂ ਕੋਈ ਵੀ ਭੈਣ ਨੂੰ ਕੋਈ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੀ ਝੋਲੀ ਦੇ ਵਿੱਚ ਬੱਚੇ ਖੇਡਣ ਇਹ ਬੱਚੇ ਮਾਵਾਂ ਦੇ ਲਾਲ ਹੁੰਦੇ ਆ ਗਲੇ ਦੇ ਹਾਰ ਹੁੰਦੇ ਆ ਹੜਾ ਬੱਚੇ ਮਾਪਿਆਂ ਵਾਸਤੇ ਬਹੁਤ ਵੱਡੀ ਉਮੀਦ ਹੁੰਦੀ ਹੈ ਹਰ ਇੱਕ ਮਾਂ-ਬਾਬ ਚਾਹੁੰਦਾ ਜਿਹਦਾ ਵਿਆਹ ਹੋ ਗਿਆ ਹੋਵੇ ਸਾਡੇ ਘਰੇ ਬੱਚਾ ਹੋਵੇ ਸੋ ਮਾਲਕ ਕਿਰਪਾ ਕਰਨ ਗੁਰੂ ਰਾਮਦਾਸ ਬਾਬਾ ਸ਼੍ਰੀਚੰਦ ਸਭ ਦੀਆਂ ਝੋਲੀਆਂ ਭਰਨ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਤੁਸੀਂ ਮੈਨੂੰ ਪਤੀ ਪਤਨੀ ਮਿਲ ਕੇ ਗਰੰਟੀ ਦੇ ਨਾਲ ਆਪਣਾ ਇਲਾਜ ਕਰਵਾ ਸਕਦੇ ਹੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ